ਜੈਨ ਮਲਟੀ ਸਪੈਸ਼ਲਿਸਟ ਹੋਸਪਿਟਲ ਜੋ ਕਿ ਖੰਨਾ ਸ਼ਹਿਰ ਦੇ GT ਰੋਡ 'ਤੇ ਸਥਿਤ ਹੈ। ਇੱਥੇ ਹਰ ਬਿਮਾਰੀ ਦਾ ਇਲਾਜ ਮਾਹਰ ਡਾਕਟਰਾਂ ਦੀ ਦੇਖ ਰੇਖ ਹੇਠ ਵਿੱਚ ਕੀਤਾ ਜਾਂਦਾ ਹੈ। ਅੱਜ ਸਥਾਨਕ ਐਲੀਜੈਂਸੀ ਹੋਟਲ ਵਿੱਚ ਜੈਨ ਹੋਸਪਿਟਲ ਦੇ ਡਾਕਟਰਾਂ ਦੀ ਇੱਕ ਗੈਟ ਟੂਗੈਦਰ ਰੱਖੀ ਗਈ, ਜਿਸ ਵਿੱਚ ਸ਼ਹਿਰ ਦੇ ਕੁਝ ਪਤਵੰਤੇ ਲੋਕਾਂ ਨੂੰ ਬੁਲਾਇਆ ਗਿਆ ਅਤੇ ਹੋਸਪਿਟਲ ਦੇ ਡਾਕਟਰਾਂ ਵੱਲੋਂ ਹੋਸਪਿਟਲ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਅੱਜ ਦਾ ਜੋ ਤੁਸੀਂ ਪ੍ਰੋਗਰਾਮ ਰੱਖਿਆ ਹੈ ਜਿਹੜਾ ਸੀਗਾ, ਕੀ ਸੀ ਗੈਟ ਟੂਗੈਦਰ? ਅਸੀਂ ਹਾਰਟ 'ਤੇ ਰੱਖੀ ਹੈ ਕਿ ਜੇ ਕੋਈ ਪੇਸ਼ੈਂਟ ਕਦੀ ਵੀ BP ਕਿਸੇ ਦਾ ਵੱਧ ਹੈ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ ਕੁਛ ਹੈ, ਉਹਦੇ ਕਰਕੇ ਇੱਕ CME ਰੱਖੀ ਗਈ ਹੈ ਕਿ ਜਿਹੜੀ ਇਹ ਪ੍ਰੋਬਲਮ ਹੈ ਵਿਦ ਟਾਈਮ ਅਸੀਂ ਇਹਨੂੰ ਕੰਟਰੋਲ ਕਰਕੇ ਅਸੀਂ ਹਰ ਇੱਕ ਜਾਨ, ਕੀਮਤੀ ਜਾਨ ਨੂੰ ਅਸੀਂ ਸੇਵ ਕਰ ਸਕਦੇ ਹਾਂ ਥੋੜ੍ਹੇ ਜਿਹੇ ਐਫਰਟ ਨਾਲ। ਕੁਛ ਗੌਰਮੈਂਟ ਵੀ ਇਹਦੇ ਵਿੱਚ ਕਾਫੀ ਸਪੋਰਟ ਕਰ ਰਹੀ ਹੈ, ਜਿਹੜੀ ਇੱਥੇ ਅੱਜ ਕੱਲ੍ਹ ਆਯੁਸ਼ਮਾਨ ਸਕੀਮ ਆਈ ਹੈ ਜਾਂ ਜਿੰਨੀਆਂ ਵੀ ਪ੍ਰਾਈਵੇਟ ਇੰਸ਼ੋਰੈਂਸ ਨੇ, ਸਭ ਦੇ ਵਿੱਚ ਇਹ ਕਵਰ ਹੈ ਟ੍ਰੀਟਮੈਂਟ। ਪਰ ਪੇਸ਼ੈਂਟ ਦੀ ਅਵੇਅਰਨੈਸ ਨਾ ਹੋਣ ਕਰਕੇ ਉਹ ਕਾਫੀ ਵਜ੍ਹਾ ਨੂੰ ਖਾਮਿਆਜ਼ਾ ਭੁਗਤਣਾ ਪੈਂਦਾ। ਜੇ ਕਿਸੇ ਵੀ ਪੇਸ਼ੈਂਟ ਨੂੰ ਕਦੀ ਚੈਸਟ ਪੇਨ ਹੁੰਦੀ ਹੈ, ਕੋਈ ਪੇਨ ਹੈ, ਤਾਂ ਉਹਨੂੰ ਕਿਸੇ ਵੀ ਡਾਕਟਰ ਕੋਲ ਜਾ ਕੇ ਉਹਦੀ ਪ੍ਰੋਪਰ ECG ਹੋਣੀ ਚਾਹੀਦੀ ਹੈ। ਉਹਨੂੰ ਕਦੀ ਵੀ ਇਹਦੇ ਵਿੱਚ ਅਣਗਹਿਲੀ ਨਹੀਂ ਕਰਨੀ ਚਾਹੀਦੀ, ਛੋਟੀ ਜਿਹੀ ਅਣਗਹਿਲੀ ਕਈ ਵਾਰ ਬਹੁਤ ਜ਼ਿਆਦਾ ਇਹ ਆਪਾਂ ਨੂੰ ਮਤਲਬ ਰਿਕਵਰੀ ਨਹੀਂ ਹੁੰਦੀ ਇਹਦੀ ਕਦੀ ਵੀ। ਸਾਰਾ ਚੀਜ਼ਾਂ ਬਹੁਤ ਧਿਆਨ ਦੇਣੀ ਚਾਹੀਦੀ, ਕਿਉਂਕਿ ਗੌਰਮੈਂਟ ਜਿਹੜੀ ਹੈਗੀ ਹੈ, ਸੈਂਟਰ ਦੀ ਗੌਰਮੈਂਟ ਹੈ, ਪੰਜਾਬ ਗੌਰਮੈਂਟ ਹੈ, ਉਹ ਇਹਨੂੰ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੀ ਹੈ ਵੀ ਚਾਹੁੰਦੇ ਵੀ ਸਾਡੇ ਜਿਹੜੇ ਲੋਕ ਨੇ ਉਹ ਸਵੱਸਥ ਰਹਿਣ। ਸਾਰਾ ਖਰਚਾ ਅੱਜ ਕੱਲ੍ਹ ਸਰਕਾਰ ਦੇ ਕੋਲ ਹੈ, ਸਿਰਫ ਪੇਸ਼ੈਂਟ ਨੂੰ ਅਵੇਅਰਨੈਸ ਦੀ ਲੋੜ ਹੈ, ਉਹ ਟਾਈਮ ਟੂ ਟਾਈਮ ਜਾ ਕੇ ਆਪਣਾ ਟ੍ਰੀਟਮੈਂਟ ਲਵੇ, ਆਪਣਾ ਚੈੱਕ ਕਰਾਵੇ, ਕਿਸੇ ਵੀ ਡਾਕਟਰ ਕੋਲ ਜਾ ਕੇ ਉਹਨੂੰ ਆਪਣਾ ਚੈੱਕਅਪ ਕਰਵਾਉਣਾ ਚਾਹੀਦਾ ਹੈ, ਕਦੀ ਵੀ ਇਹਦੀ ਅਣਗੌਲੀ ਨਹੀਂ ਕਰਨੀ ਚਾਹੀਦੀ। ਬਸ ਇੰਨਾ ਹੀ ਕਹੂੰਗਾ ਜੀ। ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਸਾਡਾ ਮੇਨ ਮੋਟਿਵ ਕੈਥ ਲੈਬ ਲਗਾਉਣ ਦਾ ਇਹੀ ਸੀਗਾ ਵੀ ਜਿਹੜੇ ਪੈਰੀਫਰੀ ਦੇ ਪੇਸ਼ੈਂਟਸ ਹੈ ਉਹ ਰੈਫਰ ਜਦ ਤੱਕ ਹੁੰਦੇ ਹੁੰਦੇ ਕਿਸੇ ਵੱਡੇ ਸੈਂਟਰ 'ਚ ਪਹੁੰਚਦੇ ਨੇ, ਉਹ ਰਸਤੇ 'ਚ ਹੀ ਮਤਲਬ ਇੱਕ ਸਾਨੂੰ ਦੁਖਦ ਇੱਕ ਹਾਦਸਾ ਸੁਣਨ ਨੂੰ ਮਿਲਦਾ ਸੀਗਾ, ਅਤੇ ਅਸੀਂ ਉਸ ਚੀਜ਼ ਨੂੰ ਕੰਟਰੋਲ ਕਰਨ ਲਈ ਅਸੀਂ ਇਸ ਕੈਥ ਲੈਬ ਦੀ ਜਿਹੜੀ ਫੈਸਿਲਿਟੀ ਹੈ ਉਹ ਅਸੀਂ ਖੰਨੇ ਦੇ ਲੋਕਾਂ ਨੂੰ, ਇੱਥੇ ਦੇ ਪੈਰੀਫਰੀ ਦੇ ਲੋਕਾਂ ਨੂੰ ਅਸੀਂ ਦੇਣਾ ਚਾਹੁੰਦੇ ਹਾਂ, ਜਿਸ ਕਰਕੇ ਅਸੀਂ ਇਹ ਪ੍ਰਮੋਸ਼ਨ ਇਹ ਅਸੀਂ ਇੱਕ ਅਵੇਅਰਨੈਸ ਫੈਲਾਈ ਹੈ ਵੀ ਮਤਲਬ ਵੀ ਲੋਕਾਂ ਨੂੰ ਹੋਰ ਜ਼ਿਆਦਾ ਅਵੇਅਰ ਕੀਤਾ ਜਾਵੇ। ਡਾਕਟਰ ਸਾਹਿਬ ਜਿਹੜਾ ਹੈ ਜੈਨ ਹੋਸਪਿਟਲ ਦੇ ਵਿੱਚ ਕਿਹੜੇ ਕਿਹੜੇ ਡਾਕਟਰ ਇਸ ਟਾਈਮ ਮੌਜੂਦ ਰਹਿੰਦੇ ਨੇ, ਕਿਹੜੀ ਕਿਹੜੀ ਚੀਜ਼ ਦਾ ਇਲਾਜ ਜਿਹੜਾ ਹੈ ਮੇਨ ਕੀਤਾ ਜਾਂਦਾ? ਇੱਥੇ ਅਸੀਂ ਔਰਥੋਪੈਡਿਕਸ, ਗਾਇਨੀ, ਚੁੱਲ੍ਹਾ ਬਦਲਣ ਦਾ, ਗੋਡਾ ਬਦਲਣ ਦਾ, ਪਾਈਲਸ, ਫਿਸਟੁਲਾ ਅਤੇ ਹੋਰ ਬਾਕੀ ਸਰਜਰੀਜ਼ ਵਗੈਰਾ ਅਸੀਂ ਸਾਰੀਆਂ ਕਰ ਰਹੇ ਹਾਂ, ਬਹੁਤ ਹੀ ਹਾਈ ਸਕੇਲ 'ਤੇ ਅਤੇ ਦੂਰਬੀਨ ਰਾਹੀਂ ਕਰ ਰਹੇ ਹਾਂ। ਈਵਨ ਗਾਇਨੀ ਦੇ ਜਿੰਨੇ ਪ੍ਰੋਸੀਜਰ ਨੇ ਉਹ ਸਾਰੇ ਦੂਰਬੀਨ ਰਾਹੀਂ ਹੋ ਰਹੇ ਨੇ, ਇਹ ਸਾਰੇ ਕੈਸ਼ਲੈਸ ਹੋ ਰਹੇ ਨੇ। ਸਾਡੇ ਕੋਲ 50 ਤੋਂ ਵੱਧ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਟਾਈਅਪਸ ਹੈਗੇ ਹੈ ਜਿਹਦੇ ਵਿੱਚ ਅਸੀਂ ਇਹ ਸਾਰਾ ਕਵਰ ਕਰ ਰਹੇ ਹਾਂ। ਪੇਸ਼ੈਂਟ ਨੂੰ ਕੁਛ ਦੇਣ ਦੀ ਲੋੜ ਨਹੀਂ, ਆਓ, ਟ੍ਰੀਟਮੈਂਟ ਕਰਵਾਓ ਅਤੇ ਜਾਓ। ਖੰਨਾ 'ਤੇ ਹੋਸਪਿਟਲ ਬਣਾਇਆ ਸੋ ਦੈਟ ਇਟ ਇਜ਼ ਐਕਸੈਸੀਬਲ ਟੂ ਆਲ ਦ ਪੀਪਲ, ਠੀਕ ਹੈ, ਅਤੇ ਆਉਣਾ ਜਾਣਾ ਬਹੁਤ ਆਸਾਨ ਹੈ ਇਹਦੇ ਨਾਲ। ਬਾਕੀ ਜਿਹੜੀ ਕੈਸ਼ਲੈਸ ਫੈਸਿਲਿਟੀ ਹੈ ਉਹ ਆਲਵੇਜ਼ ਅਟਰੈਕਟਿਵ ਹੈ ਮੈਡੀਕਲ ਦੇ ਵਿੱਚ, ਅੱਜ ਕੱਲ੍ਹ ਇਹ ਸਭ ਤੋਂ ਜ਼ਿਆਦਾ ਅਪਕਮਿੰਗ ਚੀਜ਼ ਹੈ, ਕਿਉਂਕਿ ਲੋਕਾਂ ਨੂੰ ਮੈਡੀਕਲ ਟ੍ਰੀਟਮੈਂਟ ਤਾਂ ਚਾਹੀਦਾ ਹੀ ਚਾਹੀਦਾ, ਉਹਦੇ ਨਾਲ ਉਹਨਾਂ ਦੇ ਉੱਤੇ ਬਰਡਨ ਨਾ ਆਵੇ ਉਹਨਾਂ ਦੀ ਪੋਕਿਟ ਦੇ ਉੱਤੇ, ਦੈਟਸ ਆਲਸੋ ਵੈਰੀ ਇੰਪੋਰਟੈਂਟ। ਲੇਡੀਜ਼ ਵਾਸਤੇ ਸਾਡੇ ਕੋਲ ਡਿਲੀਵਰੀ 24 ਆਵਰਸ ਸਿਜ਼ੇਰੀਅਨ, ਬੱਚੇਦਾਨੀ ਦੇ ਓਪਰੇਸ਼ਨ, ਐਕਟੋਪਿਕ ਪ੍ਰੈਗਨੈਂਸੀ, ਹਰ ਤਰ੍ਹਾਂ ਦੇ ਗਾਇਨੀ ਅਤੇ ਓਬਸ ਦੇ ਨਾਲ ਰਿਲੇਟਡ ਓਪਰੇਸ਼ਨ ਹੋ ਰਹੇ ਨੇ। ਮੈਡਮ ਕਿੰਨੇ ਰੂਮ ਨੇ ਉਰੇ ਜਿਹੜੇ, ਜੇ ਮਤਲਬ ਪੇਸ਼ੈਂਟ ਰਹਿੰਦਾ ਉਰੇ ਜਿਹੜਾ ਓਪਰੇਸ਼ਨ ਤੋਂ ਬਾਅਦ? ਸਾਡੇ ਕੋਲ 52 ਬੈਡਸ ਹੈ, ਉਹਦੇ ਵਿੱਚ ਅਲੱਗ ਅਲੱਗ ਕੈਟੇਗਰੀ ਹੈ, ਸੁਪਰ ਡੀਲਕਸ, ਡੀਲਕਸ ਰੂਮ ਹੈ, ਪ੍ਰਾਈਵੇਟ ਰੂਮਸ ਹੈ, ਸੈਮੀ ਪ੍ਰਾਈਵੇਟ ਰੂਮਸ ਹੈ, ਉਸ ਤੋਂ ਬਾਅਦ ਵਾਰਡ ਹੈ, ICU ਹੈ, ਸੋ ਵੀ ਹੈਵ ਆਲ ਦ ਫੈਸਿਲਿਟੀਜ਼ ਅੰਡਰ ਵਨ ਰੂਫ। ਉਹਦੇ ਵਿੱਚ ਕੈਂਟੀਨ ਸਾਡੇ ਕੋਲ ਇਨ ਹਾਊਸ,
ਖਾਣਾ ਸਾਡਾ 24 ਘੰਟੇ ਪੇਸ਼ੈਂਟ ਨੂੰ ਅਸੀਂ ਫ੍ਰੀ ਦਿੰਦੇ ਹਾਂ, ਨਾਲ ਹੀ ਹੈ ਮਤਲਬ ਜਿਹੜਾ ਵੀ ਪੇਸ਼ੈਂਟ ਐਡਮਿਟ ਹੋਊਗਾ ਉਹਨੂੰ ਖਾਣਾ ਨਾਲ ਮਿਲੇਗਾ ਹੀ ਮਿਲੇਗਾ। ਅਤੇ ਉਸ ਤੋਂ ਬਾਅਦ ਫਾਰਮੇਸੀ ਦੀ ਪ੍ਰੋਬਲਮ ਨਹੀਂ ਹੈ, ਕੋਈ ਲੈਬ ਹੈ, ਕੋਈ ਬਲੱਡ ਦੀ ਜ਼ਰੂਰਤ ਹੈ, ਪੇਸ਼ੈਂਟ ਨੂੰ ਕਿਤੇ ਭੱਜਣ ਹਟਣ ਦੀ ਲੋੜ ਨਹੀਂ ਹੈ। ਸੋ ਵੀ ਹੈਵ ਆਲ ਦਾ ਫੈਸਿਲਿਟੀ ਇਨਸਾਈਡ ਦਾ ਹੋਸਪਿਟਲ। ਖੰਨਾ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਹੋਸਪਿਟਲ ਦੇ ਰਿਗਾਰਡਿੰਗ? ਅਸੀਂ ਤਾਂ ਖੰਨਾ ਨਿਵਾਸੀਆਂ ਨੂੰ ਇਹੀ ਕਹਿੰਦੇ ਹਾਂ ਵੀ ਤੁਸੀਂ ਆਪਣੀ ਇੱਕ ਸਟੈਂਡਰਡ ਹੈਲਥ ਕੇਅਰ ਵੱਲ ਧਿਆਨ ਦਿਓ, ਆਪਣਾ ਰੂਟੀਨ ਹੈਲਥ ਚੈੱਕਅਪ ਕਰਵਾਓ, ਅੱਛੇ ਸਟੈਂਡਰਡ ਡਾਕਟਰਸ ਕੋਲ ਜਾਓ ਤਾਂ ਕਿ ਉਹਨਾਂ ਦਾ ਇੱਕ ਅੱਛਾ ਡਾਇਗਨੋਸ ਬਣੇ। ਅਤੇ ਉਹਨਾਂ ਨੂੰ ਜੇ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਲੱਗਦੀ ਹੈ ਜਿਹਦੇ 'ਚ ਕਿ ਫਾਈਨੈਂਸ਼ੀਅਲ ਬਰਡਨ ਹੈ ਜਾਂ ਕੋਈ ਵੀ ਹੈ, ਤਾਂ ਵੀ ਆਰ ਦੇਅਰ ਟੂ ਹੈਲਪ, ਬਟ ਦੇ ਸ਼ੁੱਡ ਕਮ ਫਸਟ ਆਫ ਆਲ ਟੂ ਆਰ ਪਲੇਸ ਸੋ ਦੈਟ ਵੀ ਕੈਨ ਹੈਲਪ ਦੈਮ। ਥੈਂਕ ਯੂ।